ਸਰਾਵਾਲ ਆ ਜੀ, ਜ਼ਿਲ੍ਹਾ ਫਰੀਦਕੋਟ ਦੀ ਧਰਤੀ ਹੈ, ਇੰਡੀਆ ਦਾ ਇਹ ਮਹਾਨ ਮਾਨ ਤਰਾਨ ਹੈ ਜੀ, ਬਹੁਤ ਮਹਾਨ ਸਹੀ ਹੈ ਸੁਖਵੀਰ ਸਰਾਵਾਲ ਜੀ। ਪਿੰਡ ਦਾ ਨਾਂ ਸਰਾਵਾਂ ਔਰ ਜ਼ਿਲ੍ਹੇ ਦਾ ਨਾਂ ਫਰੀਦਕੋਟ। ਸਜਾਦ ਗੁੱਜਰ ਲੱਗਾ ਹੋਇਆ ਬਹੁਤ ਹੀ ਦੂਰੋਂ ਆ ਕੇ, ਸਜਾਦ ਗੁੱਜਰ ਨੇ ਝਪਟ ਲਾਉਣ ਦੀ ਕੋਸ਼ਿਸ਼ ਕੀਤੀ। ਚੱਲ ਬਈ ਸੋਹਣੇ ਹੈ, ਇਹ ਆ ਸਜਾਦ ਗੁੱਜਰ, ਆਏ ਹਾਏ ਹਾਏ ਬਈ ਬਹੁਤ ਅੱਛੇ। ਇਹ ਪੁਆਇੰਟ ਜਾਤੀਆਂ ਦਾ, ਇਹਨੂੰ ਕਹਿੰਦੇ ਸਜਾਦ ਗੁੱਜਰ। ਇਕੱਲਾ ਮੈਂ ਨਹੀਂ ਕਹਿੰਦਾ, ਇਕੱਲਾ ਮੈਂ ਨਹੀਂ ਕਹਿੰਦਾ, ਕਹਿੰਦੇ ਨੇ ਲੋਕ ਸਾਰੇ ਆਉਂਦਾ ਸਾਹਮਣੇ ਜਦੋਂ ਸਜਾਦ ਗੁੱਜਰ। ਚੱਕ ਇੱਕ 176 ਦੀ ਕੁਰਨੋੜ ਛੋਟਾ ਘਿਆਲਾ, ਚੱਕ ਨੰਬਰ 56 ਛੋਟਾ ਘਿਆਲਾ, ਫੈਸਲਾਬਾਦ ਦੀ ਧਰਤੀ, ਮਾਨਾ ਜੱਟ ਲੁਧਿਆਣੀਆਂ ਪਾਉਂਦਾ ਹੋਇਆ ਰੇਡ। ਚੱਲ ਬਈ ਸੋਹਣੇ ਆ, ਅਗਲੀ ਕਬੱਡੀ ਦੇ ਉੱਪਰ ਵਿੱਕੀ ਘਨੌਰ ਆਇਆ ਹੋਇਆ। ਚੱਲ ਟੱਕਰ ਹੋ ਗਈ, ਇਹ ਦੇਖ ਤੂੰ, ਇਹ ਦੇਖ ਸੀ ਗੱਭਰੂ ਦੇ ਨਾਲ, ਇਹਨੂੰ ਕਹਿੰਦੇ ਸਜਾਦ ਗੁੱਜਰ। ਜਿਹਨੂੰ ਕਵੇ ਇਹ ਸਜਾਦ ਗੁੱਜਰ ਆ, ਜਿਹਨੂੰ ਪਾਕਿਸਤਾਨ ਵਾਲੇ ਅਡੀਕਦੇ ਸੀਗੇ, ਜਦੋਂ ਸਜਾਦ ਗੁੱਜਰ ਆਵੇ ਤੇ ਗੁੱਜਰਾਂ ਦੇ ਦਿਲ ਨਹੀਂ ਪਾਕਿਸਤਾਨੀਆਂ ਦੇ ਦਿਲ ਧੜਕਦੇ ਆ। ਇਹ ਸਜਾਦ ਗੁੱਜਰ ਹੈ, ਬਾਹ ਲਈ ਹੋਈ ਆਪਣੀ, ਇਹ ਦੇਖ ਕਹਿੰਦੇ ਸਜਾਦ ਗੁੱਜਰ ਆ ਮੇਰਾ ਨਾਂ। ਅੱਜ ਮਾਪੇ ਜੀਂਦੇ ਹੁੰਦੇ, ਸਜਾਦ ਗੁੱਜਰ ਲਈ ਦੁਆਵਾਂ ਹੁੰਦੀਆਂ, ਅੱਜ ਮਾਂ ਮਰੀ ਕੋਈ ਗੱਲ ਨਹੀਂ, ਲੇਕਿਨ ਯਾਦਾਂ ਇਹ ਦੁਆਵਾਂ ਮਾਵਾਂ ਦੀਆਂ ਹੁੰਦੀਆਂ ਇਸ ਮੁਕਾਮ ਤੇ ਪਹੁੰਚਾਉਣ ਲਈ। ਸਿੱਖੀ ਬੱਧੀ ਹੋਈ ਸਿਰ ਤੇ, ਲਾਲੇ ਨੇ ਤੋਲ ਕੇ ਪਰੇ ਸੁੱਟਿਆ। ਚੱਲ ਵੀ ਗੁਰ ਆ ਗਿਆ ਜੀ, ਸੁੱਖੀ ਲੱਖਣ ਕਪੰਡਾ ਕਪਤਾਨ, ਡੌਲਿਆਂ ਤੇ ਬਣਾਈ ਹੋਈ ਮੋਰਨੀ, ਕਹਿੰਦੇ ਡੌਲਿਆਂ ਤੇ ਮੋਰਨੀ ਬਣਾਈ ਜੱਟ ਨੇ, ਜਿੱਦ ਪੂਰੀ ਕਰਕੇ ਵਿਖਾਈ ਜੱਟ ਨੇ, ਬੜੇ ਬੜੇ ਜਾਫੀਆਂ ਦੇ ਦਿਲ ਡੋਲਦੇ ਵਿਖਾਈ ਜੱਟ ਨੇ, ਤੇ ਜੱਟ ਨੂੰ ਕਰਦੇ ਸੀ ਕਾਬੂ। ਗੁੱਜਰ ਦੇ ਹੱਥ ਆ ਗਿਆ, ਕਹਿੰਦੇ ਜੱਫਾ ਲਾਉਂਦਾ ਜਦੋਂ ਸਜਾਦ ਗੁੱਜਰ, ਤੇ ਜਾਂਦਾ ਪੂਰਾ ਸਵਾਦ ਗੁੱਜਰ, ਜਿਹਨੂੰ ਇੱਕ ਵਾਰੀ ਇਹ ਡੱਕ ਲੈਂਦਾ ਕਈ ਸਾਲ ਰਹਿੰਦਾ ਉਹਨੂੰ ਯਾਦ ਗੁੱਜਰ, ਸਜਾਦ ਗੁੱਜਰ ਬਈ ਸਜਾਦ ਗੁੱਜਰ। ਜੀ ਹਾਂ, ਇਸ ਜੱਟ ਤੇ ਸ਼ਾਇਦ ਨੂਰੀ ਨਾਥ ਕੇ ਹਾਥ ਆ ਗਏ ਔਰ ਪੁਆਇੰਟ ਮਿਲ ਗਿਆ ਪਾਕਿਸਤਾਨ ਕੀ ਟੀਮ ਕੋ। ਬੇਪਨਾਮ ਜੋਸ਼ ਫਰੋਸ਼ ਹੈ ਔਰ ਕਬੱਡੀ ਜੱਟ ਆ, ਮਾਨਾ ਜੱਟ ਆਇਆ ਹੋਇਆ ਅਗਲੀ ਕਬੱਡੀ ਦੇ ਉੱਪਰ। ਗੁਰਲਾਲ ਜੀ ਇਸ ਵੇਲੇ ਨੌਜਵਾਨ ਬਹੁਤ ਹੀ ਖੂਬਸੂਰਤ ਪੁਆਇੰਟ ਹਾਸਲ ਕਰਦੇ ਹੋਏ ਜੀ। ਸਜਾਦ ਗੁੱਜਰ ਤੇਜ਼ ਗੱਡੀ ਤੇ ਮੱਠੀ ਗੱਡੀ, ਐਵੇਂ ਗੁੱਜਰ ਦੇ ਡਰ, ਐ ਗੁੱਜਰ ਦੀਆਂ ਫੁਰਤੀਆਂ ਦੇਖ, ਐ ਦੇਖ ਬਹੁਤ ਹੀ ਸੋਹਣਾ ਜੀ। ਆਏ ਹੋਲੈਂਡ ਕੇ ਦਰਮਿਆਨ ਉਸ ਵਕਤ ਬੇਮਿਸਾਲ ਮੈਂ ਸਮਝਤਾ ਹੂੰ ਕਿ ਜੋਸ਼ ਫਰੋਸ਼ ਥਾ, ਲੇਕਿਨ ਆਜ ਕਬੱਡੀ ਨੇ ਮਾਤ ਦੇ ਦੀ ਹੈ ਬੜੇ ਬੜੇ ਮੁਕਾਬਲੋਂ ਕੋ। ਬਿਲਕੁਲ ਤਾਰਕ ਸਹੀ ਸਾਹਿਬ, ਇਸ ਵੇਲੇ ਖੇਡ ਮੈਦਾਨ ਦੇ ਅੰਦਰ ਪਈ ਹੋਈ ਰੇਡ, ਸੁੱਖੀ ਲੱਖਣ ਕਪੰਡਾ ਗੁੱਟ ਫੜਿਆ ਹੋਇਆ ਮੁਸ਼ਰਫ ਜੁਵੇਦ ਜੁਏ ਨੇ, ਮੁਸ਼ਰਫ ਜੇ ਦਾ ਗੁੱਟ ਫੜਦਾ ਹੀ ਲਾ ਦਿੰਦਾ ਹੀ ਜੰਦਾ, ਮਾਰ ਕੇ ਧੌਲ ਤੇ ਪੈਰਾਂ ਦੇ ਵਿੱਚ ਸੁੱਟ ਲੈਂਦਾ ਹੀ ਬੰਦਾ, ਜਿਹਦੇ ਪੂਰੇ ਹੋ ਜਾਂਦਾ ਹੀ ਡੱਕ ਦਿੰਦਾ ਹੀ ਸਾਵਾਂ, ਦੌਰ ਭੋਰੇ ਜੇ ਹੋ ਕੇ ਸਾਈ ਭੱਜ ਭੱਜ ਲੱਭਦੇ ਰਾਵਾਂ, ਮੁਸ਼ਰਫ ਜੇ ਦਾ ਗੁੱਟ ਫੜਦਾ ਹੀ ਲਾ ਦਿੰਦਾ ਹੀ ਜੰਦਾ, ਜੀ ਉਹ ਮੁਸ਼ਰਫ ਜਵੇ ਜੰਜੂਆ। ਸਦਕੇ ਸਦਕੇ ਜਵਾਨੀਆਂ ਮਾਣੇ, ਜਿਹਦਾ ਵੱਸਦਾ ਰਵੇ ਪਾਠਾਂ, ਫੈਸਲਾਬਾਦ ਦੀ ਧਰਤੀ, ਹਮਾਦ ਜੰਜੂਏ ਦਾ ਵੀਰ ਮੁਸ਼ਰਫ ਜਵੇ ਜੰਜੂਆ, ਸਾਰੀ ਜੰਜ ਦਾ ਲਾੜਾ ਗੁੱਟ ਕਬਗਦਾ ਮਾਣ ਕਰੀਨਾ, ਪੱਗਾਂ ਛੱਡਦਾ ਚੀਰੇ ਵੇਲਾ, ਸੁੱਖੀ ਇੱਕ ਵਾਰੀ ਫਿਰ ਰੇਡ ਦੇ ਉੱਪਰ। ਸੁੱਖੀ ਅੱਜ ਇੰਡੀਆ ਦੀ ਧਰਤੀ ਵਾਲੇ ਵੀ ਵੇਖਦੇ ਹੋਇਆ ਕਬੱਡੀ ਇਸ ਜੀਓ ਸੁਪਰ ਤੇ ਲਾਈਵ, ਔਰ ਅੱਜ ਇਹ ਦੇਖੋ ਤੁਸੀਂ ਮੁਸ਼ਰਫ ਜੰਜਵਾ ਆਪਣੀ ਕੰਨੀ ਨੂੰ ਕਾਬੂ ਕਰਦੇ ਹੋਇਆ ਔਰ ਸੁੱਖੀ ਦੇ ਨਾਲ ਲੱਗੀ ਹੋਈ ਟੱਕਰ, ਭੇੜ ਹੋਇਆ ਸਾਨਾਂ ਦਾ ਮੁਸ਼ਰਫ ਜੰਜਵੀ, ਇਹ ਮੁਸ਼ਰਫ ਜੰਜਵਾ ਜੀ, ਮੁਸ਼ਰਫ ਜਵੇ ਜੰਜਵਾ ਬਹੁਤ ਹੀ ਖੂਬਸੂਰਤੀ ਦੇ ਨਾਲ ਟੱਕਣ ਦੀ ਕੋਸ਼ਿਸ਼ ਕੀਤੀ ਮੁਸ਼ਰਫ ਜੰਜਵਾ, ਲੇਕਿਨ ਖੁਸ਼ੀ ਕੀ ਲਹਿਰ ਦੌੜ ਗਈ। ਇਹ ਦੇਖੀਏ ਕਪਤਾਨ ਕਾ ਮੁਕਾਬਲਾ ਕਪਤਾਨ ਸੇ ਥਾ, ਇੰਡੀਆ ਦੀ ਧਰਤੀ ਵੱਲੋਂ ਇਹ ਨੌਜਵਾਨ ਗਿਆ ਜੀ, ਇਹ ਗੁਰਲਾਲ ਘਨੌਰ, ਇਹ ਲੱਗੀ ਟੱਕਰ ਹੋਈ ਜੀ ਮੁਸ਼ਰਫ ਜਵੇ ਜੰਜਵਾ ਨਾਲ ਜੀ, ਇਹ ਦੇਖ ਮੁਸ਼ਰਫ ਜੰਜਵੇ ਨੂੰ ਦਿੱਤਾ ਇਹ ਸ਼ਰਫ ਅੱਲਾ, ਜਿਹਨੂੰ ਫੜਦਾ ਫੜ ਕੇ ਢੇਰ ਕਰਦਾ, ਪੰਨ ਤੋੜਦਾ ਮੂਲੀ ਦੇ ਵਾਂਗ ਯਾਰੋ, ਘੜੀ ਪਲ ਦੇ ਵਿੱਚ ਨਹੀਂ ਢੇਰ ਕਰਦਾ, ਐ ਮੁਸ਼ਰਫ ਐ ਮੁਸ਼ਰਫ ਐ ਮੁਸ਼ਰਫ। ਇੱਕ ਵਾਰੀ ਹਮਾਦ ਜੰਜਵੇ ਦਾ ਭਾਈ ਇਹ ਛੋਟਾ ਜੰਜਵਾ, ਇਹ ਬਾਠਾ ਪਿੰਡ ਹੈ ਫੈਸਲਾਬਾਦ ਦੀ ਧਰਤੀ, ਅੱਜ ਮਾਪੇ ਵੇਖ ਕੇ ਵਾਕਈ ਮਾਣ ਕਰਦੇ ਹੋਣੇ ਆ ਇਸ ਆਪਣੇ ਪੁੱਤ ਦੀ ਸੋਹਣੀਆਂ ਰੇਡਾਂ ਤੇ ਸੋਹਣੇ ਜੱਟਿਆਂ ਦੇ ਉੱਪਰ। ਐ ਤੁਸੀਂ ਦੇਖ ਰਹੇ ਹੋ ਮੁਸ਼ਰਫ ਜਵੇ ਜੰਜਵਾ ਬਹੁਤ ਹੀ ਖੂਬਸੂਰਤੀ ਦੇ ਨਾਲ ਜੀ। ਤਾਰਕ ਸਈਦ ਇਹ ਕਲਪਨਾਵਾਂ ਦੀ ਤਾਈਓ ਢੋਲ ਤੇ ਪਿੰਡੇ ਫੜਕਦੇ ਨੇ, ਤੇ ਖੇਡੇ ਸਜਣਾ ਚਾਵਾਂ ਦੀ, ਕੰਮ ਹਾਰਨਾ ਨਹੀਂ ਦਲੇਰਾਂ ਦਾ, ਤੁਹਾਨੂੰ ਡੋੜ ਯਾਰ ਦੁਆਵਾਂ ਦੀ। ਮੁਸ਼ਰਫ ਜੰਜਵਾ ਸੁੱਖੀ ਲੱਖਣ ਤੇ ਵੱਡੇ ਵਾਲਾ ਜੀ, ਆਏ ਦੇਖ ਜੀ ਸੁੱਖੀ ਦੱਸੇਗਾ ਜੀ ਪੁਆਇੰਟ, ਕਾਮਨ ਪੁਆਇੰਟ ਦੱਸਿਆ ਗਿਆ ਜੀ। ਪ੍ਰੋਫੈਸਰ ਜ਼ਫਰ ਅਲੀ ਗੁੱਜਰ ਸਾਹਿਬ ਦਾ ਇਸ਼ਾਰਾ ਕਿ ਪੁਆਇੰਟ ਇਕੱਠੇ ਦੋਨੀ ਬਾਹਰ ਹੋਏ ਆ ਔਰ ਪੁਆਇੰਟ ਕਾਮਨ ਕੀਤਾ ਗਿਆ ਜੀ।
ਲੱਗ ਗਿਆ ਪੁਆਇੰਟ ਜੀ ਹੁਣ ਚੜ੍ਹਦੇ ਭਾਵੇਂ ਲੈਂਦੜੇ ਦੇ ਅਸਲ ਵਿੱਚ ਤੇ ਪੁੱਤ ਪੰਜਾਬ ਦੇ ਨੇ ਇੰਜ ਉੱਤਰਦੇ ਵਿੱਚ ਮੈਦਾਨ ਦੇ ਗਬਰੂ ਜਿਵੇਂ ਅਥਰੇ ਪਾਣੀ ਚਨਾਵਦੇ ਨੇ ਇੰਜ ਉੱਤਰਦੇ ਵਿੱਚ ਮੈਦਾਨ ਗਬਰੂ ਜਿਵੇਂ ਅਥਰੇ ਪਾਣੀ ਚਨਾਵਦੇ ਨੇ ਐ ਜੀ ਮੁਸ਼ਰਫ ਜਵੇ ਜੰਜੂਆ ਹਮਾਦ ਜੰਜਵੇ ਦਾ ਛੋਟਾ ਭਾਈ ਗੁਰਲਾਲ ਘਨੌਰ ਨਾਲ ਟੱਕਰ ਹੋ ਗਈ ਐ ਦੇਖ ਗੁਰਲਾਲ ਗੁਰਲਾਲ ਹੈ ਜੀ ਆਏ ਹਾਏ ਤੇਰੇ ਸਦਕੇ ਜਾਈਏ ਘਨੌਰ ਪਿੰਡ ਹੈ ਗੁਰਲਾਲ ਔਰ ਸ਼ਰਪੀ ਟੱਕਰ ਹੋਈ ਔਰ ਜੂੜ ਪਾਇਆ ਹੋਇਆ ਕੈਂਚੀ ਲਾਈ ਹੋਈ ਹੈ ਜਨਾਬ ਔਰ ਜੂਕੇ ਦੇ ਵਿੱਚ ਬੜਾ ਨਾਮ ਕਮਾਇਆ ਗੁਰਲਾਲ ਘਨੌਰ ਚੱਲ ਵੀ ਗੁਰਲਾਲ ਘਨੌਰ ਕਹਿੰਦੇ ਵੱਧ ਰੇਡਾਂ ਪਾਉਂਦਾ ਪਿੰਡ ਵਿੱਚ ਹੈ ਗੁਰਲਾਲ ਘਨੌਰ ਚੌੜੀ ਛਾਤੀ ਨਿੱਗਰ ਜੁੱਸਾ ਸਭ ਤੋਂ ਵੱਖਰੀ ਕੌਰ ਕਾਬੂ ਕਰ ਲਿਆ ਆ ਗਿਆ ਜੀ ਉਹ ਸ਼ੇਰ ਦੇ ਹੱਥ ਆ ਗਿਆ ਇਸ ਵੇਲੇ ਜਨਾਬ ਜੱਫਾ ਕੀਤਾ ਹੋਇਆ ਖੇਡ ਮੈਦਾਨ ਦੇ ਅੰਦਰ ਖਲੀਲ ਲੰਬੇ ਪਿੰਡੀਆ ਬਹੁਤ ਸੋਹਣਾ ਜਵਾਨ ਕਹਿੰਦੇ ਖਲੀਲ ਲੰਬੇ ਪਿੰਡੀਆ ਬਹੁਤ ਸੋਹਣਾ ਪਾਕਿਸਤਾਨ ਏਅਰਫੋਰਸ ਦਾ ਰਾਕਟ ਖਿਡਾਰੀ ਬਹੁਤ ਸੋਹਣਾ ਜੱਫਾ ਕੀਤਾ ਲੰਬੇ ਪਿੰਡੀਏ ਨੇ ਦੇਖੋ ਜਿਹੜਾ ਰੀਪਲੇ ਚ ਗੁਰਲਾਲ ਘਨੌਰ ਦੇ ਵਿੱਚ ਵੱਜਾ ਲੱਤ ਕੀਤੀ ਕਾਬੂ ਭਰਿਆ ਹੋਇਆ ਲੱਕ ਭੌਂ ਤੇ ਰੱਖਿਆ